ਹੈਲੋ ਜੀ, ਵੈਲਕਮ ਬੈਕ ਟੂ ਆਰ ਨਿਊ ਵਲੌਗ। ਅਤੇ ਗਰਮੀ ਬਹੁਤ ਹੈ ਯਾਰ, ਬਹੁਤ ਗਰਮੀ ਹੈ। ਇਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਸ਼ੀਸ਼ਿਆਂ ਦਾ, ਗਰਮੀ ਦੇ ਤਾਂ ਪੱਟ ਕੱਢੇ ਹੋਏ ਆ। ਅਤੇ ਅੱਜ ਆਪਾਂ ਤੁਹਾਨੂੰ ਦੇਣ ਵਾਲੇ ਆ ਸਰਪ੍ਰਾਈਜ਼, ਨਵਾਂ ਸਰਪ੍ਰਾਈਜ਼। ਥੋੜ੍ਹੇ ਟਾਈਮ ਮੁੜਦੇ ਵੀ ਕਿਹੜਾ ਯਾਰ, ਅਤੇ ਤੁਹਾਨੂੰ ਦੇਣ ਵਾਲੇ ਆਪਾਂ ਜੀ ਸਰਪ੍ਰਾਈਜ਼ ਨਵਾਂ। ਤੂੰ 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 ਬਹੁਤ ਕਰਦੇ ਆ, ਤਾਂ ਫੀਚਰ ਦੇਣਾ ਹੀ ਨਹੀਂ ਚਾਹੀਦਾ ਪੰਜਾਬ 'ਚ। ਬੈਲਟ ਵਾਲਾ ਕੋਈ ਲਾਣੀ ਤਾਂ ਹੁੰਦੀ ਨਹੀਂ ਕਿਸੇ ਨੇ, ਆ ਪੰਜਾਬ 'ਚ ਫੀਚਰ ਨਹੀਂ ਲੈਣਾ ਚਾਹੀਦਾ। ਅਤੇ ਸਰਪ੍ਰਾਈਜ਼ ਸਾਨੂੰ ਦਿਖਾਉਣ ਚੱਲੇ ਹਾਂ, ਬਾਕੀ ਚੰਨੀ ਅਰਜੁਨ ਉਹਨੂੰ ਸਰਪ੍ਰਾਈਜ਼ 'ਤੇ ਪਹੁੰਚ ਰਹੇ ਹਾਂ। ਅਤੇ ਬਾਕੀ ਟਾਈਮ ਤਾਂ ਯਾਰ ਮੈਨੂੰ ਪਤਾ ਨਹੀਂ ਕਿੰਨਾ ਹੋ ਰਿਹਾ, ਕਿਉਂਕਿ ਫੋਨ ਇੱਕ ਹੀ ਹੈ, ਗੱਡੀ 'ਚ ਵੀ ਹੈਗਾ ਨਹੀਂ ਕੋਈ ਸਿਸਟਮ ਜਿਹਾ ਟਾਈਮ ਟੂਮ ਦੇਖਣ ਵਾਲਾ। ਬਹੁਤ ਔਖਾ ਹੈ ਪੰਜਾਬ ਮੇ, ਕਿਰਪਿਆ ਇਤਨੇ ਬੜੇ ਬੜੇ ਟਾਇਰ ਨਾ ਪਵਾਏ। ਖੜੋ ਦੇਖੀ ਮਾੜਾ ਜਿਹਾ ਨਾਲ ਲੱਗਦੀ ਹੈ ਇਹ 3-2 ਕੈਮਰੇ 'ਚ ਪਰਪਲ ਪਰਪਲ ਜੀ ਲਾਤੀ ਫਿਲਮ, ਹੈ ਲਾਲ ਪਰਪਲ ਜੀ, ਤੁਸੀਂ ਵੀ ਦੱਸੋ ਤੁਹਾਨੂੰ ਵੀ ਲੱਗ ਰਿਹਾ, ਕਮੈਂਟ ਕਰਕੇ ਦੱਸੋ ਕਿਹੜੇ ਰੰਗ ਦੀ ਲੱਗ ਰਹੀ ਹੈ ਅੰਦਰੋਂ। ਪਤਾ ਨਹੀਂ ਮੇਰੀ ਅੱਖਾਂ ਖਰਾਬ ਹੈ, 0.5 'ਤੇ ਕਰਤਾ ਹੁਣ, ਅੱਧਾ ਘੁਮਾ ਵੀ ਦਿੱਤਾ। ਹਾਂ ਮੈਨੂੰ ਹੱਥ ਦਰਦ ਹੋਣ ਲੱਗ ਜਾਂਦਾ ਮਤਲਬ ਕਿ ਯਾਰ, ਖੱਡਿਆਂ ਦਾ ਬਹੁਤ ਔਖਾ ਯਾਰ, ਕਦੇ ਕਦੇ ਤਾਂ ਇੱਦਾਂ ਲੱਗਦਾ ਧਰਾ ਵਾ ਪਰ ਕਿੱਥੇ ਉੱਧਰ ਗਏ, ਉਤਰੂੰਗੇ ਤਾਂ 2 ਨੰਬਰ ਉੱਪਰ ਹੀ ਚੜੂੰਗਾ, 26-28-28-30 ਕੌਣ ਆਏ ਸੀ ਜਿਵੇਂ ਜਗਾੜ ਵਧੀਆ ਲੱਗ ਜਾਂਦਾ 23 ਵਾਰ ਲੱਗ ਗਿਆ ਯਾਰ। ਗਰਮੀ ਤਾਂ ਮੈਂ ਵਾਰ ਵਾਰ ਕਹੀ ਜਾ ਰਿਹਾ ਗਰਮੀ ਜ਼ਿਆਦਾ, ਕਿਉਂਕਿ ਜ਼ਿਆਦਾ ਹੈ ਗਰਮੀ, ਜ਼ਿਆਦਾ ਹੈ ਤਾਂ ਹੀ ਵਾਰ ਵਾਰ ਨਿਕਲੀ ਜਾ ਰਿਹਾ, ਕਿਉਂਕਿ ਵਾਰ ਵਾਰ ਆਈ ਜਾ ਰਹੀ ਆ। ਹੁਣ ਵੀ ਵਿਹੜਾ ਹੈ ਤੰਗ, 3-4 ਗੱਡੀਆਂ ਖੜਦੀਆਂ ਨਹੀਂ ਹੈਗੀਆਂ, ਸਾਈਡ 'ਤੇ ਮਾੜੀ ਸਾਈਡ 'ਤੇ ਕਰਕੇ ਲਾਵਾਂ ਪਿੱਛੇ ਹੈਂਡ। ਉੱਥੇ ਲਾ ਦੇ ਖੜ ਜਾਓ, ਇਹ ਕੈਮਰਾ ਯਾਰ ਥੋੜ੍ਹਾ ਜਿਹਾ ਮਿਸਮਿਸ ਤਾਂ ਹੋ ਗਿਆ। ਲਾਤੀ ਗੱਡੀ ਆਪਾਂ ਨੇ ਸਾਈਡ 'ਤੇ ਯਾਰ, ਹੁਣ ਧੁੱਪ ਕਰਕੇ ਗਰਮ ਹੋ ਜਾਣੀ ਗੱਡੀ। ਬਾਬਾ ਜੀ ਕਰੋ ਕਿਰਪਾ, ਹੈੱਡ ਪਾਈਏ ਚਾਰਜਰ ਵਾਲਾ ਵਿੱਚ ਹੀ ਯਾਰ। ਕੁਮਾਰ ਕੁਮਿੰਦਰਾ ਨੇ ਸਰਪ੍ਰਾਈਜ਼ ਆ, ਸਰਪ੍ਰਾਈਜ਼ ਯਾਰ, ਕਿਆ ਸਰਪ੍ਰਾਈਜ਼ ਨਿਕਲੀ ਜਾ ਰਿਹਾ ਹੈ, ਕਿਆ ਦਿਆ ਹੈ, ਗਿਫਟ ਗਿਫਟ ਗਿਫਟ। ਸਤਿ ਸ਼੍ਰੀ ਅਕਾਲ। ਕੋਈ ਸਪਲੈਂਡਰ ਤੇ ਆਉਣ ਵਾਲੇ ਮੁੰਡੇ ਆ, ਸਪਲੈਂਡਰ ਵਾਲੇ ਹੁਣ ਸਪਲੈਂਡਰ ਵਾਲੇ ਨਹੀਂ ਰਹੇ, ਸਕੋਰਪੀਓ ਐਲਸੀਆਂ 18 ਨਵੀਂ 18 ਵਾਲੇ ਹੋ ਗਏ ਹੈ। ਟਾਈਮ ਆ ਗਿਆ ਆਪਣਾ, ਅਤੇ ਅੱਗੇ ਵੀ ਜੈੱਡ ਸਕੂਟੀਆਂ ਦੇਖੋ ਬਾਈ, ਆਹ ਜੈੱਡ ਸਕੂਟੀ ਆ ਬਾਈ, ਪਤਾ ਨਹੀਂ ਇਹ ਸ਼ੋਪਿੰਗ ਕਰਨ ਆਏ ਆ, ਮਾੜੀ ਸ਼ੋਪਿੰਗ ਅਤੇ ਬਸ ਖੜੀਆਂ ਖੜੀਆਂ ਬੰਦੇ ਸ਼ੋਰੂਮ ਤੋਂ ਬਾਹਰ ਆ ਕੇ ਦੇਖ ਰਹੇ ਕੀ ਹੈ ਕਿਹਨਾਂ ਦਾ ਆ, ਖੜ ਜਾ ਹੈ ਕਿਹਨਾਂ ਦਾ, ਸਮਾਨ ਵੇਚ ਲਓ ਅੰਦਰ ਸਮਾਨ,
ਬਹਿ ਜਾ ਕਰਾ ਤੀ ਕਿ ਉਹ ਕਿਹੜੀ ਮਾਰਕੀਟ ਆ ਯਾਰ ਪਤਾ ਨਹੀਂ ਬਾਈ ਕਿਹੜੀ ਮਾਰ ਦਾਉ ਮਾਜੇ ਦੇ ਵਾਲੇ ਉਹ ਹੈਲੋ ਬੌਨੂ ਇੱਧਰ ਆਓ ਛੋਟੋ ਇੱਧਰ ਆਓ ਡਰਾਈਵਰ ਕਿੱਥੇ ਚਲੇ ਗਿਆ ਬੱਚੇ ਕਿਸ ਦਾ ਬੱਚਾ ਕੋ ਗਏ ਇੱਧਰ ਹੀ ਗੜੇ ਡਰਾਈਵਰ ਚਾਬੀ ਗੱਡੀ ਖੋਲ ਪੇਮੈਂਟ ਕਰਤੀ ਹੈ ਤੇ ਐਲਸੀ ਆਪਣੇ ਹੱਥ 'ਚ ਹੈ ਵੀ ਖੁਸ਼ ਹੋਵੇ ਰਾ ਪਾਰਟੀ ਹੋ ਗਈ ਹੈ ਪਾਰਟੀ ਹੋ ਗਈ ਹੈ ਪਾਰਟੀ ਇਹ ਹੁਣ ਚਲਾਣੀ ਤਾਂ ਆਉਂਦੀ ਨਹੀਂ ਕਿੱਦਾਂ ਇਹ ਆ ਇਹ ਇਹ ਚਾਰ ਰੱਬ ਰੱਖੇ ਸੋਗੋ ਪਹਿਲੀ ਵਾਰ ਚਲਾਣ ਲੈ ਕੇ ਆ ਸਾਰੀ ਪੇਮੈਂਟ ਕਰ ਕੁਰ ਕੇ ਐਲਸੀ ਆਪਣੇ ਹੱਥ 'ਚ ਆ ਗਈ ਚਲੋ ਬਈ ਰੱਬ ਰੱਖਿਆ ਸੋਗਾ ਐਡੇ ਗੱਡੀਆਂ ਵਧਾਉਂਦੇ ਰਹਿਣਾ ਆਪਾਂ ਨੇ ਹੁਣ ਲੋਕਾਂ ਨੇ ਵੀਡੀਓ ਦੇਖ ਕੇ ਕਹਿਣਾ 10 ਮਾਡਲ ਹੈ 12 ਮਾਡਲ ਹੈ ਨਾ ਸਾਰੇ ਆਪਣੇ ਮਿੱਤਰ ਹੈ ਰੱਬ ਰੱਖੇ ਲੋਕ ਬਹੁਤ ਫੁੱਦੂ ਹੈ ਜਲਦੇ ਬਹੁਤ ਅੱਜ ਕੱਲ ਰੱਬ ਰੱਖੇ ਸੁੱਕ ਰੱਬ ਤੁਹਾਨੂੰ ਵੀ ਗੱਡੀਆਂ ਦੇਵੇ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਦਿਲੋਂ ਪਿਆਰ ਹੈ ਜਿਹੜੇ ਜਲਦੇ ਹੈ ਲੋਕਾਂ ਨੂੰ ਤਾਂ ਏਦਾਂ ਉਹ ਲੱਗਦਾ ਭਰੇਖਾ ਪੈਂਦਾ ਕਿ ਕਿਤੇ ਮੰਤਰੀ ਆਏ ਪਿੰਡ ਮੈਂ ਉਹਨਾਂ ਨੂੰ ਕਿਹਾ ਪਤਾ ਗੱਡੀਆਂ ਵਾਲੇ ਲੋਕ ਮੋਲਾਂ 'ਚ ਤੇ ਬਾਹਰ ਆ ਕੇ ਦੇਖਦੇ ਵੀ ਆਹ ਕੌਣ ਗਿਆ 26 ਇੰਚ ਵੀ ਦਿਖਾ ਮਾਣੇ ਮੂਹਰੇ ਪਾਏ ਵੇ 26 ਇੰਚ ਨੂੰ ਤਾਂ ਆਪਣੇ ਪਾਇਲਟ ਜਿਰਸੀ ਬਣਾ ਤੀ ਉਹਨੂੰ ਦਿਖਾਈਆਂ ਮੈਂ ਸਾਈਡ ਤੋਂ ਹੈ ਇਹ ਵਰਗੀ ਕੋਈ ਪਿੰਡ ਮਾ ਬਸ ਲੋਕ ਐਕਸਰੇ ਸ਼ੀਟਾਂ ਬਣਾ ਕੇ ਤੇ ਕਹੀ ਜਾਂਦੇ ਸਕਾਰਪੀਓ ਜੈਡ ਬਲੈਕ ਆ ਦੇਖਾ ਹੁੰਦੇ ਜੈਡ ਬਲੈਕ ਜਮਾ ਜੈਡ ਨਾ ਨਾ ਕਰਾਇਓ ਨਾ ਕਾਨੂੰ ਆਪਾਂ ਤਾਂ ਬੇਲੇ ਆ ਸਾਨੂੰ ਲੈ ਜਾਣਾ ਚੱਕ ਕੇ ਕਿਸੇ ਫਿਰ ਤੁਸੀਂ ਕਹੋਗੇ ਕਿ ਬਾਬਾ ਜੀ ਉਹਨੇ ਵੀ ਕਰਾਏ ਹੋਏ ਆ ਫਿਰ ਬਾਬਾ ਜੀ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਪ੍ਰਸਾਦ ਬਾਅਦ ਚ ਦੇਵਾਂਗੇ ਪਹਿਲਾਂ ਤੁਸੀਂ ਲਓ ਸਾਤੇ ਹੈ ਕਿ ਨਹੀਂ ਉਸਤਾਦ ਜੀ ਦੱਸੋ ਉਸਤਾਦ ਜੀ ਗੁਰਦਾਸ ਨਾ ਨਾ ਕਰਾਓ ਕਰਾਓ ਜੀ ਸਾਡੇ ਕੇ ਕਰਾਓ ਗਲਤ ਥੋੜੀ ਹੈ ਕਾਲੇ ਕਰਾਉਣਾ ਪਰ ਮਹਿੰਗਾ ਥੋੜਾ ਜਿਹਾ ਮਹਿੰਗਾ ਪੈ ਰਿਹਾ 10 ਹਜ਼ਾਰ ਦਾ ਹੀ ਚਲਾਣਾ ਕੋਈ ਜ਼ਿਆਦਾ ਨਹੀਂ ਹੈਗਾ ਲੋਕ ਸਸਤੀ ਹੈ ਚਲਾਣ ਮਹਿੰਗੇ ਹੋ ਜਾਂਦੇ ਇੱਕ ਲਾਇਸੈਂਸ ਹੋਇਆ ਵੇ ਕਾਰ ਸੀ ਹੋਇਆ ਵਾ ਦੋਵੇਂ ਚੀਜ਼ਾਂ ਅੰਦਰ ਆ ਉਹਨੂੰ ਛਡਾ ਲੂੰਗੇ ਜਿੱਦਣ ਲੋਟ ਲੱਗੇ ਆ ਬਾਕੀ ਗਾਰਡ ਕੋਰ ਚ ਤਾਂ ਕੋਈ ਰੋਕਦਾ ਨਹੀਂ ਜਦ ਵੀ ਮਾੜਾ ਜਿਹਾ 2 ਮਿੰਟ ਬਾਅਦ ਨਿਕਲਦੇ ਆ ਇਹਨੂੰ ਦੇਖ ਚੰਦ ਕਿੱਧਰ ਨੂੰ ਆ ਰਿਹਾ ਸਿੱਟ ਗੱਲ ਪੈ ਕੇ 2 ਮਿੰਟ ਵਾਸਤੇ ਬਾਹਰ ਨਿਕਲਦੇ ਲੋਕਾਂ ਲੈਣਾ ਕਿ ਲੈ ਵੀ ਵੋਟਾਂ ਆ ਗਈਆਂ ਰੈਲੀਆਂ ਜਾਂਦੀ ਗੱਡੀ ਉਹਨਾਂ ਨੂੰ ਕਿਆ ਪਤਾ ਗਿਆ ਤਾਂ ਵਿਚਾਰੇ ਉਹ ਕੱਢੀਆਂ ਘਰ ਤੋਂ ਵਿਚਾਰੀਆਂ ਲੋਕਾਂ ਨੂੰ ਇਦਾਂ ਲੱਗਦਾ ਕਿ ਰੈਲੀ ਆ ਤੇ ਵੋਟਾਂ ਆ ਗਈਆਂ ਹਲੇ ਤਾਂ ਕੱਢੀਆਂ ਨਹੀਂ ਅਸੀਂ ਘਰ ਤੇ ਅੰਦਰ ਖੜੀਆਂ ਤਾਂ 4-5 ਬਸ ਆਇਆ ਥੋੜਾ ਪਿੰਡ ਦੀ ਸੜਕਾਂ ਠੀਕ ਬਣ ਜਾਣਾ ਫਿਰ 28 ਕਰਾ ਦੋਗੇ 26 ਕਿਹੜਾ ਪਾਉਣੇ ਤੇ 24 ਕਿਹੜਾ ਪਾਉਣੇ ਤੇ 24 ਕਿਹੜਾ ਪਾਉਣੇ ਤੇ ਆਵਾ ਗੱਡੀ ਲੈਣੀ ਦੀ ਬਸ ਪਤਾ ਨਹੀਂ ਕਾਰ ਚ ਵੀ ਪਾਉਣੇ ਆਪਾਂ ਨੇ ਥੋੜੇ ਕੁ ਦਿਨ ਤੱਕ ਕੋਈ ਨਹੀਂ ਆ ਰਹੀ ਆਰਡਰ ਕਰੇ ਮੈਂ ਫਸ ਗਏ ਮੜੇ ਜੇ ਕਿੱਥੇ ਉਹ ਟਾਇਰ ਹੀ ਐਡਾ ਬੜਾ ਕਿਆ ਕਰੀਏ ਬਾਈ ਬੂਈ ਹੁੰਦਾ ਤਾਂ ਇੱਧਰ ਉੱਧਰੋਂ ਕੜ ਕੜਾ ਦਿੰਦੇ ਆ ਉਹ ਐਡਾ ਬੜਾ ਅਸੀਂ 26 ਪਵਾ ਕੇ 26 ਦੱਸੇ ਲੋਕ 26 ਪਵਾ ਕੇ 28 ਵਾਲੀ ਫੀਲਿੰਗ ਲਈ ਜਾਂਦੇ ਚੱਲ ਕੋਈ ਨਾ ਕੋਈ ਨਹੀਂ ਜਵਾਕ ਹੈ ਉਹ ਬਾਈ 28 ਹੋਇਆ ਨਾ ਤੇ ਮੈਂ ਤਾਂ ਮੰਨ ਲਿਆ ਬਾਈ 28 ਹੋਇਆ ਤੂੰ ਵੀ ਮੰਨ ਮੰਨ ਲਿਆ ਰਾਣੀ ਸੁੰਦਰਾ ਮੂਹਰੇ ਤੇ ਵੀ ਆ ਗਈ ਆਪਣੀ ਚੈੱਕ ਕਰ ਵੀਰੇ ਚੈੱਕ ਕਰੋ ਵੀਰੇ ਕੋਫੀਆਂ ਹੈਲੋ ਹੈਲੋ ਆਪਣੇ ਛੋਟੇ ਵੀਰ ਤੇ ਛੋਟੇ ਬਾਈ ਡਾਂਸ ਡਾਂਸ ਆਪਣਾ ਟੁੱਟੀ ਬੋਲਦੀ 뮤직 ਇੰਡਸਟਰੀ ਵਿੱਚ ਅੱਜ ਕੱਲ ਪੂਰੀ ਹਾਂ ਇਹ ਸਾਰੇ ਆਪਣੇ ਘਰ ਦੇ ਹੀ ਆ ਗੱਡੀ ਲੈਣੀ ਟਾਇਰ ਪਵਾਉਣੇ ਗਾਣਾ ਕੱਢਣਾ ਵੀਡੀਓ ਬਣਾਣੀ ਜੋ ਮਰਜ਼ੀ ਪ੍ਰੋਡਿਊਸਰ ਅਸੀਂ ਹੈਗੇ ਆ ਗਾਣੇ ਵੀ ਕਿਸੇ ਨੇ ਪੈਸੇ ਲਵਾਉਣੇ ਆਪੇ ਕੰਟੈਕਟ ਕਰ ਸਕਦਾ ਪਰ ਸਿੰਗਰ ਚੱਜਦਾ ਹੋਵੇ ਐ ਨਹੀਂ ਹੋਵੇ ਮੂੰਹ ਚੱਕਿਆ ਜਣਾ ਖਣਾ ਆ ਰਿਹਾ ਲਿਖਤ ਚੰਗੀ ਹੋਵੇ ਸਹਿਨ ਕੋਈ ਨਹੀਂ ਕਰ ਲੂ ਕੋਈ ਚੱਕਾ ਵਾ ਰੱਬ ਸਭ ਦਾ ਭਲਾ ਕਰੇ ਰੱਬ ਤਰੱਕੀ ਦਾ ਬਖਸ਼ੇ ਪਾਣੀ ਪੀ ਜਾ ਰਿਹਾ ਨਹੀਂ ਤੈਨੂੰ ਜੂਸ ਪਲਾਉਂਦਾ ਕਾਫੀ ਪਲਾਉਂਦਾ ਹੋ ਦੇਖ ਮੈਂ ਜੋ ਸੀਵੀਟੀਐਲ ਚੱਲ ਰਿਹਾ ਤਾਂ ਨਾ ਗੱਡੀ 'ਚ ਬੈਠੇ ਬੈਠੇ ਕਹਤਾ ਵੀ ਹਫਤੇ ਦੋ ਹਫਤੇ ਪਹਿਲਾਂ ਦਾ ਕਾਫੀ ਚੱਕ ਕੇ ਉਹੀ ਭਰੀ ਜਾਂਦੇ ਦੁਬਾਰਾ 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 ਉਹ ਨਹੀਂ ਕੱਪ ਦਾ ਹੋਈ ਹੁੰਦਾ ਘਰ ਤੋਂ ਚੱਕ ਲੈ ਹੁਣ ਇੱਥੇ ਆਪਣੇ ਪਿੰਡ ਕਿਹੜਾ ਹੈਗਾ ਹੁਣ 300 ਰੁਪਏ ਦੀ ਕਾਫੀ ਪਿੱਛੇ 3000 ਦਾ ਤੇਲ ਫੂਕ ਰਹੇ ਆ ਗਰਮੀ ਬਹੁਤ ਹੈ ਗਰਮੀ ਦਾ ਬਹੁਤ ਆ ਬਾਈ ਸਰਦੀਆਂ 'ਚ ਤਾਂ ਵੀ 6 ਦੀ ਐਵਰੇਜ ਦੇ ਦਿੰਦੀ ਹੈ ਏਸੀ ਲਾ ਕੇ ਤਾਂ 4 ਦੀ ਉਹ ਦਿੰਦੀ ਹੈ
ਔਰ ਭਾਈ ਜੀ ਨੇ ਛੇਤੀ ਜਾਣਾ ਹੁੰਦਾ ਨਾ ਕਿਤੇ ਆਪਣਾ ਸਟੋਕ ਹੀ ਰੱਖੇ ਕਰੋ ਦੋ ਦੋ ਘੰਟੇ ਲੱਗ ਜਾਂਦੇ ਉਹਨੂੰ ਲੈ ਕੇ ਜਾਣ ਚ ਬੈਠੇ ਰਹੋ ਫਿਰ ਇੱਥੇ ਖੱਡਾ ਆ ਗਿਆ ਉੱਥੇ ਖੱਡਾ ਆ ਇਹ ਆਪਾਂ ਨੇ ਪ੍ਰਾਈਵੇਟ ਲੈ ਲਈ ਹੁਣ ਰੱਬ ਤਰੱਕੀਆਂ ਬਖਸ਼ੇ ਇਹ ਲੋਕ ਵੀਡੀਓ ਵਾਸਤੇ ਕੱਢਦੇ ਅਸੀਂ ਲੈ ਕੇ ਘੁੰਮਦੇ ਵੀ ਆ ਜੀ ਕਹਿੰਦੇ ਕਹਿੰਦੇ ਵੀਡੀਓ ਵਾਸਤੇ ਰੱਖੀਆਂ ਵੀ ਆ ਨਾਲੇ ਕਹਿੰਦੇ ਲੋਕ ਫਿਲਮਾਂ ਕਰਾ ਕੇ ਬਰਾਂਡੇ ਜੇ ਘੁੰਮਾਈ ਜਾਂਦੇ ਦੱਸੇ ਨੀ ਕਰਦੇ ਛੋਟੇ ਛੋਟੇ ਪਿੰਡਾਂ 'ਚ ਤੇ ਉੱਠੇ ਅਸੀਂ ਪਿੰਡ ਦਾ ਨਾਂ ਨਾ ਲਏ ਜੀ ਲੋਕੀ ਕਹਿੰਦੇ ਜ਼ਮੀਨਾਂ ਵੇਚ ਕੇ ਲਈਆਂ ਨਾਲੇ ਜ਼ਮੀਨਾਂ ਵੇਚ ਕੇ ਜੇ ਹੈਗੀ ਨਾ ਜ਼ਮੀਨਾਂ ਵੇਚ ਕੇ ਤਾਂ ਹੀ ਲਈਆਂ ਜੇ ਜ਼ਮੀਨ ਹੈਗੀ ਨਾ ਜ਼ਮੀਨ ਵੇਚ ਕੇ ਕਾਰੋਬਾਰ ਕਰੇ ਕਾਰੋਬਾਰ ਨਹੀਂ ਗੱਡੀਆਂ ਬਣੀ ਮੁਬਾਰਕਾਂ ਹੋ ਗਈਆਂ ਮੁਬਾਰਕਾਂ ਗੱਡੀ ਉਹੀ ਲੈ ਕੇ ਆਣ ਕਿਹੜੀ ਹੈ ਨੀ ਲੈਂਡ ਕਰੂਜ਼ਰ ਹੈਗੀ ਹਰਾ ਰੰਗ ਨਹੀਂ ਹੈ ਹਰਾ ਰੰਗ ਚਲੋ ਵੀ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਕੰਗ੍ਰੈਚੁਲੇਸ਼ਨਸ ਉਹ ਜੀ ਲੈਂਡ ਕਰੂਜ਼ਰ ਲੈ ਉਹ ਥੰਬਨੇਲ ਲੈ ਲਈ ਕਿੱਦਾਂ ਲੈਂਦੇ ਥੰਬਨੇਲ ਦੂਜਾ ਪਿੱਛੇ ਜਾਣ ਦੇ ਮੈਨੂੰ ਸ਼ਾਲ ਬਾਈ ਦੁਆਰਾ ਦੁਆਰਾ ਇੱਕ ਹੋਰ ਆਪ ਜਾ ਰਿਚਾਰ ਤਿਆਰ ਕਰਕੇ ਕਢਾਈ ਵੀ ਬਸ ਮੈਂ ਕਹਿੰਦਾ ਕੱਪੜੇ ਪਾਉਣ ਨੂੰ ਕਢਾਈ ਦੀ ਆ ਤਾਂ ਵਿਚਾਰੀ ਕੱਪੜੇ ਧੋਣ ਵਾਲੇ ਕੱਪੜੇ ਸੁੱਕਣੇ ਪਾ ਦਿੰਦੇ ਆ ਇਹ ਆ ਗਈ ਆਪਣੀ ਐਲਸੀ ਅਤੇ ਉਹ ਉਹਨੂੰ ਦੇਖਣੀ ਉਹਨੂੰ ਦੇਖਣੀ ਮਠਿਆਈ ਦਾ ਡੱਬਾ ਡੁੱਬਾ ਤਾਂ ਲਿਆ ਉਹ ਐਲ ਸੀ ਲਿਆਏ ਨਵੀਂ ਜਵਾਰੀ ਬੈਠੇ ਜੀ ਸਾਰੇ ਜਲਦੀ ਆਈ ਮੇਰਾ